ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਚੁਣੀ ਹੋਈ ਜਮਾਤ ਹੈ ਤੇ ਸਿੱਖ ਕੌਮ ਨੇ ਸ਼੍ਰੋਮਣੀ ਕਮੇਟੀ ਨੂੰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਸੁਲਤਾਨਪੁਰ ਲੋਧੀ ਵਿਖੇ ਸਟੇਜ ਲਗਾਈ ਜਾਵੇਗੀ। ਉਹਨਾਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਈ ਗਈ ਸਟੇਜ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਕਰੀਬਨ 100 ਸਾਲ ਤੋਂ ਧਾਰਮਿਕ ਸਮਾਗਮ ਕਰਦੀ ਆ ਰਹੀ ਹੈ। ਇਹ ਸਾਰੀ ਕੌਮ ਦੀ ਚੁਣੀ ਹੋਈ ਜਮਾਤ ਹੈ ਔਰ ਸਾਂਝੀ ਜਮਾਤ ਹੈ। ਕੁਰਬਾਨੀਆਂ 'ਚੋਂ ਪੈਦਾ ਹੋਈ ਇਹ ਇੱਕ ਸੰਸਥਾ ਜਿਹੜਾ ਇਤਿਹਾਸ ਬੜਾ ਮਹਾਨ ਹੈ ਔਰ ਕੌਮ ਨੇ ਇਹਨਾਂ ਦੀਆਂ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਲਾਈਆਂ ਕਿ ਧਰਮ ਦੇ ਪ੍ਰਚਾਰ ਕਰਨੇ, ਗੁਰਮਤਿ ਸਿਧਾਂਤ ਦੀ ਪਹਿਰੇਦਾਰੀ ਕਰਨੀ ਅਤੇ ਕੌਮ ਨੂੰ ਸਮੇਂ ਦੇ ਨਾਲ ਅਗਵਾਈ ਦੇ ਕੇ ਜਿੱਥੇ ਕਿਤੇ ਕੌਮ ਦੇ ਵਾਸਤੇ ਚੜ੍ਹਦੀ ਕਲਾ ਦੇ ਕਾਰਜ ਹੋਣ ਉਹਦੇ ਵਿੱਚ ਆਪਣਾ ਹਿੱਸੇਦਾਰੀ ਪਾਉਣ। ਮੈਂ ਸਮਝਦੀ ਹਾਂ ਕਿ ਅਸੀਂ ਭਾਗਾਂ ਵਾਲੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਬਹੁਤ ਧਿਆਨ ਨਾਲ ਜਦੋਂ ਦੇਖਦੇ ਹਾਂ ਅਤੇ ਇਹਦੀਆਂ ਵੱਡੀਆਂ ਜ਼ਿੰਮੇਵਾਰੀਆਂ ਤੋਂ ਅਸੀਂ ਮਾਣ ਕਰ ਸਕਦੇ ਹਾਂ। ਅੱਜ ਵੀ ਪਹਿਲਾਂ ਦੀ ਤਰ੍ਹਾਂ ਜਿਹੜੀ ਸ਼ਤਾਬਦੀਆਂ ਮਨਾਈਆਂ ਜਾ ਰਹੀਆਂ ਇਹਦਾ ਮਕਸਦ ਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ, ਗੁਰੂ ਨਾਨਕ ਸਾਹਿਬ ਜੀ ਦਾ ਸੁਨੇਹਾ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ, ਪਰੰਪਰਾਵਾਂ, ਸਿਧਾਂਤ ਇਹ ਸਾਰੇ ਜਿਹੜੇ ਹਰ ਘਰ ਵਿੱਚ ਪਹੁੰਚਾਏ ਜਾਣ। ਇਹ ਸ਼ਤਾਬਦੀਆਂ ਮਨਾਉਣ ਦਾ ਮਕਸਦ ਹੀ ਇਹ ਹੈ ਕਿ ਸ਼ਬਦ ਦੀ ਵਿਚਾਰਧਾਰਾ ਹਰ ਹਿਰਦੇ ਵਿੱਚ ਬੈਠ ਜਾਏ, ਘਰ ਘਰ ਜਾਏ, ਉਹ ਸੁਨੇਹਾ ਗੁਰੂ ਦਾ ਲੈ ਕੇ ਜਾਣ। ਸੋ ਸਮੇਂ ਦੇ ਨਾਲ ਸਮਾਗਮ ਕੀਤੇ ਜਾਂਦੇ ਆ। ਹੁਣ ਵੀ ਜਿੱਦਾਂ ਪਹਿਲਾਂ ਸ਼ਤਾਬਦੀਆਂ ਮਨਾਈਆਂ ਗਈਆਂ, ਧੰਨ ਗੁਰੂ ਨਾਨਕ ਸਾਹਿਬ ਜੀ ਦੀ 550 ਸਾਲਾ ਸ਼ਤਾਬਦੀ ਜਿਹੜੀ ਹੈ ਉਹ ਬਦਸਤੂਰ ਮਨਾਈ ਜਾ ਰਹੀ ਹੈ ਔਰ ਸੰਸਾਰ ਦੇ ਕੋਨੇ ਕੋਨੇ 'ਚ ਮਨਾਈ ਜਾ ਰਹੀ ਹੈ। ਲੰਬੇ ਸਮੇਂ ਤੋਂ, ਇੱਕ ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖ ਵੱਖ ਸੈਮੀਨਾਰ ਕਰ ਰਹੀ, ਵੱਖ ਵੱਖ ਧਾਰਮਿਕ ਸਮਾਗਮ ਕੀਤੇ ਜਾ ਰਹੇ ਹੈ ਵੱਖ ਵੱਖ ਸਟੇਟਾਂ 'ਚ, ਵੱਖ ਵੱਖ ਦੇਸ਼ਾਂ 'ਚ, ਵੱਖ ਵੱਖ ਥਾਵਾਂ 'ਤੇ ਜਾ ਕੇ ਆਪਣੀ ਬਹੁਤ ਵੱਡੀ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਜਿਹੜਾ ਦਿੱਤਾ ਜਾ ਰਿਹਾ। ਸੋ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਵੱਡਾ ਸਮਾਗਮ ਕੀਤਾ ਜਾ ਰਿਹਾ ਜਿਹੜਾ ਕੌਮ ਦੇ ਵਾਸਤੇ ਇੱਕ ਸਟੇਜ ਸ਼੍ਰੋਮਣੀ ਕਮੇਟੀ ਵੱਲੋਂ ਲਾਈ ਜਾਣੀ ਹੈ ਔਰ ਉਸ ਸਟੇਜ ਦੇ ਉੱਤੋਂ ਗੁਰੂ ਨਾਨਕ ਸਾਹਿਬ ਦਾ ਫਲਸਫਾ, ਗੁਰੂ ਸ਼ਬਦ ਦੀ ਵਿਚਾਰਧਾਰਾ, ਗੁਰੂ ਨਾਨਕ ਸਾਹਿਬ ਜੀ ਦਾ ਦਿੱਤਾ ਸਿਧਾਂਤ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਇਹ ਜਿਹੜਾ ਸੁਨੇਹਾ ਇਹ ਸਟੇਜ ਤੋਂ ਦਿੱਤਾ ਜਾਣਾ। ਅਤੇ ਅਸੀਂ ਸਾਰੀ ਸੰਗਤ ਨੂੰ ਜਿੱਦਾਂ ਪਹਿਲਾਂ ਬੇਨਤੀ ਕਰਦੇ ਆਏ ਹਾਂ ਉਹ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਲੈਣ ਵਾਸਤੇ ਉਸ ਸਟੇਜ 'ਤੇ ਪਹੁੰਚੋ ਔਰ ਆ ਕੇ ਗੁਰੂ ਸਾਹਿਬ ਨੂੰ ਨਤਮਸਤਕ ਹੋ। ਦੇਖੋ ਕੋਈ ਵੀ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਜਿੱਦਾਂ ਸਰਕਾਰ ਕਰਦੀ ਹੈ ਟੈਂਡਰ ਕਾਲ ਕੀਤੇ ਜਾਂਦੇ ਔਰ ਟੈਂਡਰ ਕਾਲ ਕਰਕੇ ਜਿਹੜਾ ਸੋਹਣੀ ਪਰਫੋਰਮੈਂਸ ਦੇਵੇ, ਸੋਹਣਾ ਸਟੇਜ ਦੀ ਆਪਣੀ ਨਿਭਾ ਸਕੇ, ਚੰਗਾ ਪੰਡਾਲ ਲਾ ਸਕੇ, ਚੰਗੀ ਉਹ ਦਿੱਖ ਬਣਾ ਸਕੇ ਜਾਂ ਵਧੀਆ ਤੋਂ ਵਧੀਆ ਉੱਥੇ ਆਪਣੀ ਸੇਵਾ ਦੇ ਸਕੇ, ਉਹ ਟੈਂਡਰ ਖੋਲ੍ਹਿਆ ਜਾਂਦਾ ਔਰ ਟੈਂਡਰ ਦਿੱਤਾ ਜਾਂਦਾ। ਅੱਜ ਕਿਹਨੂੰ ਦਿੱਤਾ ਗਿਆ? ਕਿਉਂਕਿ ਕਮੇਟੀ ਬਣਦੀ ਹੈ ਟੈਂਡਰ ਦੀ, ਉਹ ਟੈਂਡਰ ਕਮੇਟੀ ਬਣੀ ਹੈ, ਉਸ ਟੈਂਡਰ ਕਮੇਟੀ ਨੇ ਬਕਾਇਦਾ ਆਪਣੀਆਂ ਬਕਾਇਦਾ ਜਿਹੜੀਆਂ ਹੁੰਦੀਆਂ ਜੋ ਇਹਦੀਆਂ ਤਰਮੀਮਾਂ ਹੁੰਦੀਆਂ ਉਹਦੇ ਅਨੁਸਾਰ, ਜੋ ਸ਼ਰਤਾਂ ਹੁੰਦੀਆਂ ਉਹਦੇ ਅਨੁਸਾਰ ਟੈਂਡਰ ਦਿੱਤਾ ਜਾਂਦਾ। ਮੈਨੂੰ ਇਹ ਤਾਂ ਨਹੀਂ ਪਤਾ ਵੀ ਕਿਹੜੀ ਕੰਪਨੀ ਦਾ ਨਾਂ ਕੀ ਹੈ ਜਾਂ ਕੌਣ ਹੈ, ਪਰ ਇਹ ਜ਼ਰੂਰ ਹੈ ਕਿ ਅਸੀਂ ਟੈਂਡਰ ਜਿਸ ਤਰ੍ਹਾਂ ਪਹਿਲਾਂ ਕਰਦੇ ਹਾਂ ਉਸੇ ਦਾ ਟੈਂਡਰ ਜਿਹੜੇ ਲਾਈਟਾਂ ਦੇ, ਫੁੱਲਾਂ ਦੀ ਡੈਕੋਰੇਸ਼ਨ ਦੇ, ਪੰਡਾਲ ਦੇ ਜਾਂ ਬਾਕੀ ਸਾਰੇ ਕਾਰਜ ਕੀਤੇ ਜਾਂਦੇ ਉਹ ਟੈਂਡਰ ਦੇ ਕੇ ਕੀਤੇ ਜਾਂਦੇ।